ਇਲਾਕੇ ਦੀ ਉੱਘੀ ਸ਼ਖਸੀਅਤ ਸਤਿਕਾਰਯੋਗ ਸਰਦਾਰ ਕਰਨੈਲ ਸਿੰਘ ਡੋਡ, ਸਾਬਕਾ ਚੇਅਰਮੈਨ ਪੰਜਾਬ ਲੈਂਡ ਡਿਵੈਲਪਮੈਂਟ ਅਤੇ ਮਾਰਗਰੇਜ ਬੈਂਕ ਬਠਿੰਡਾ, ਸਾਬਕਾ MLA ਫਰੀਦਕੋਟ, ਸਾਬਕਾ ਪ੍ਰਧਾਨ ਅਤੇ ਸਰਪ੍ਰਸਤ ਸੰਗਤ ਸਾਈ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਫਰੀਦਕੋਟ ਅਤੇ ਫਾਊਂਡਰ ਟਰੱਸਟੀ ਦਸ਼ਮੇਸ਼ ਸੰਸਥਾਵਾਂ 21 April 2019 ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਦੇ ਭੋਗ ਮਿਤੀ 28 April 2019 ਨੂੰ ਦੁਪਹਿਰ 12 to 1 PM ਤੱਕ ਗੁਰਦੁਆਰਾ ਸਾਹਿਬ ਸੈਕਟਰ 34 ਚੰਡੀਗੜ੍ਹ ਵਿਖੇ ਪਾਏ ਜਾਣਗੇ। ਉਹਨਾਂ ਦੀਆਂ ਸੰਸਥਾਵਾਂ ਪ੍ਰੈਜ਼ੀਡੈਂਟ ਅਤੇ ਸਮੂਹ ਮੈਂਬਰ ਸਾਹਿਬਾਨ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਫਰੀਦਕੋਟ, ਪ੍ਰਿੰਸੀਪਲ ਅਤੇ ਸਟਾਫ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਫਰੀਦਕੋਟ, ਦਸ਼ਮੇਸ਼ ਇੰਸਟੀਟਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸਿਸ ਫਰੀਦਕੋਟ, ਦਸ਼ਮੇਸ਼ ਕਾਲਜ ਆਫ ਨਰਸਿੰਗ ਫਰੀਦਕੋਟ, ਦਸ਼ਮੇਸ਼ ਕਾਲਜ ਆਫ ਫਿਜ਼ੀਓਥਰੈਪੀ ਫਰੀਦਕੋਟ, ਦਸ਼ਮੇਸ਼ ਕਾਲਜ ਆਫ ਫਾਰਮੈਸੀ ਫਰੀਦਕੋਟ, ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ, ਦਸ਼ਮੇਸ਼ ਪਬਲਿਕ ਸਕੂਲ ਕੋਟਕਪੂਰਾ, ਦਸ਼ਮੇਸ਼ ਗਲੋਬਲ ਸਕੂਲ ਕੋਟਕਪੂਰਾ, ਦਸ਼ਮੇਸ਼ ਪਬਲਿਕ ਸਕੂਲ ਬਰਗਾੜੀ, ਦਸ਼ਮੇਸ਼ ਗਲੋਬਲ ਸਕੂਲ ਬਰਗਾੜੀ। ਇਹ ਅਦਾਰਾ ਪੰਜਾਬ ਪਲੱਸ ਚੈਨਲ ਦਾ ਬਹੁਤ ਹੀ ਮਦਦਗਾਰ ਹੈ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਸਤਿਕਾਰਯੋਗ ਸਰਦਾਰ ਕਰਨੈਲ ਸਿੰਘ ਡੋਡ ਜੀ ਦੀ ਯਾਦਾਂ 'ਤੇ ਡਾਕੂਮੈਂਟਰੀ ਬਣਾਈ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ।
ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੇਵਾ ਦੇ ਵਿੱਚ, ਲੋਕਾਂ ਦੀ ਭਲਾਈ ਦੇ ਵਿੱਚ, ਔਰ ਇੱਕ ਨਵਾਂ ਇਹ ਡਿਸਟ੍ਰਿਕਟਾਂ ਨੂੰ ਜ਼ਿੰਦਗੀ ਦੇਣ ਦੇ ਲਈ ਐਜੂਕੇਸ਼ਨਿਸਟ ਹੋ ਕੇ ਆਪਣੀ ਸੇਵਾ ਕੀਤੀ। ਅੱਜ ਉਹ ਇਸ ਫਾਨੀ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਨੇ, ਪਰ ਜੋ ਉਹਨਾਂ ਦੇ ਕੀਤੇ ਕੰਮ ਨੇ, ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਕੀਤੀ ਹੈ, ਸਾਰਾ ਹਿੰਦੁਸਤਾਨ ਤੱਕ ਹੀ ਵਰਲਡ ਦੇ ਵਿੱਚ ਜਿੰਨੇ ਉਹਨਾਂ ਦੇ ਪੜ੍ਹੇ ਹੋਏ ਸਟੂਡੈਂਟ, ਉਹਨਾਂ ਦੇ ਨਾਲ ਅਟੈਚਮੈਂਟ ਦੇ ਵਿੱਚ ਲੋਕ ਸਾਰੇ ਨਤਮਸਤਕ ਹੋ ਰਹੇ ਨੇ। ਕੀ ਕਹਿਣਾ ਚਾਹੁੰਦੇ? ਐਕਚੁਅਲੀ ਦਾ ਜੀ, ਜੋ ਰੋਲ ਪਲੇ ਕੀਤਾ ਦਸ਼ਵੇਸ਼ ਪਬਲਿਕ ਸਕੂਲ ਜਾਂ ਬਾਕੀ ਦੇ ਅਦਾਰੇ ਉਹਨਾਂ ਨੇ ਜਿਨ੍ਹਾਂ ਨੂੰ ਸਥਾਪਿਤ ਕੀਤਾ, ਮੈਂ ਮਹਿਸੂਸ ਕਰਦਾ ਕਿ ਉਹਨਾਂ ਨੇ ਇੱਕ ਬੜੇ ਵੱਡੇ ਵੱਡੇ ਲੈਂਡਮਾਰਕਸ ਸਿਰਜੇ ਨੇ, ਸਥਾਪਿਤ ਕੀਤੇ। ਦਸ਼ਵੇਸ਼ ਪਬਲਿਕ ਸਕੂਲ ਜਿਹੜਾ 1976 ਵਿੱਚ ਜਿਹਨੂੰ ਐਫੀਲੀਏਸ਼ਨ ਮਿਲੀ CBSE ਤੋਂ, ਇਸ ਇਲਾਕੇ ਦਾ ਪਹਿਲਾ ਇੰਸਟੀਟਿਊਸ਼ਨ ਦਾ CBSE ਐਫੀਲੀਏਟਡ। ਇਸ ਤੋਂ ਪਹਿਲੇ ਬੱਚੇ ਇਸ ਇਲਾਕੇ ਦੇ ਬੱਚੇ ਸੈਂਟਰਲ ਸਕੂਲ ਫਿਰੋਜ਼ਪੁਰ ਜਾਇਆ ਕਰਦੇ ਸੀ, ਔਰ ਪਹਿਲੀ ਵਾਰੀ ਇਹ ਇੰਸਟੀਟਿਊਸ਼ਨ ਅਸਟੈਬਲਿਸ਼ ਕਰਕੇ ਉਹਨਾਂ ਨੇ ਇਸ ਇੰਸਟੀਟਿਊਸ਼ਨ ਇਸ ਇਲਾਕੇ ਵਿੱਚ ਕੁਆਲਿਟੀ ਐਜੂਕੇਸ਼ਨ ਦੀ ਰੋਸ਼ਨੀ ਲਿਆਂਦੀ। ਉਸ ਤੋਂ ਬਾਅਦ ਮੈਡੀਕਲ ਐਜੂਕੇਸ਼ਨ ਦੇ ਫੀਲਡ ਵਿੱਚ ਦਸ਼ਵੇਸ਼ ਡੈਂਟਲ ਕਾਲਜ ਇੱਕ ਲੈਂਡਮਾਰਕ ਹੈ। ਉਸ ਵਕਤ ਸਿਵਾਏ ਗਵਰਨਮੈਂਟ ਡੈਂਟਲ ਕਾਲਜਿਸ ਦੇ ਜਿਹੜੇ ਦੋ ਸਨ ਪੰਜਾਬ ਵਿੱਚ, ਹੋਰ ਪ੍ਰਾਈਵੇਟ ਸੈਕਟਰ ਵਿੱਚ ਕੋਈ ਡੈਂਟਲ ਕਾਲਜ ਨਹੀਂ ਸੀ। ਉਸ ਵਕਤ ਸਿਰਫ ਦੋ ਇੰਸਟੀਟਿਊਸ਼ਨਸ ਜੇ ਰੈਕਗਨਾਈਜ਼ ਹੋਏ, ਉਹ ਸੀ ਗੁਰੂ ਰਾਮਦਾਸ ਡੈਂਟਲ ਕਾਲਜ ਅੰਮ੍ਰਿਤਸਰ, ਅਤੇ ਉਹ ਵੀ ਕਿਹਾ ਜਾ ਸਕਦਾ ਹੈ ਕਿ ਕਿਸਮ ਦਾ ਇੱਕ ਬੜੀ ਵੱਡੀ ਆਰਗਨਾਈਜੇਸ਼ਨ ਦਾ ਇੰਸਟੀਟਿਊਸ਼ਨ, ਕਿਉਂਕਿ SGPC ਆਪਣੇ ਆਪ ਵਿੱਚ ਇੱਕ ਗਵਰਨਮੈਂਟ ਹੈ। ਮੈਂ ਮਹਿਸੂਸ ਕਰਦਾ ਕਿ ਪ੍ਰਾਈਵੇਟ ਸੈਕਟਰ ਵਿੱਚ ਪਹਿਲਾ ਇੰਸਟੀਟਿਊਸ਼ਨ ਅਸਟੈਬਲਿਸ਼ ਕਰਨ ਦਾ ਸਿਹਰਾ ਡਾਕਟਰ ਮਹਿਤ ਸਿੰਘ ਡੋਰ ਨੂੰ ਮਿਲਦਾ, ਔਰ ਇਹ ਇੱਕ ਬੜਾ ਵੱਡਾ ਲੈਂਡਮਾਰਕ ਹੈ ਪੰਜਾਬੀ ਹਿਸਟਰੀ ਵਿੱਚ। ਫਰੀਦਕੋਟ ਦੀ ਤਾਂ ਕੀ ਗੱਲ ਕਰੀਏ, ਇੱਕ ਬਹੁਤ ਹੀ ਵੱਡਾ ਉੱਤਮ, ਕਿਉਂਕਿ ਇਹ ਇਲਾਕਾ ਜਿਹੜਾ ਇਸ ਇਲਾਕੇ ਵਿੱਚ ਦੰਦਾਂ ਦੀ ਬਿਮਾਰੀ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੈ, ਔਰ ਉਹਨੂੰ ਠੱਲ ਪਾਉਣ ਦਾ ਅਤੇ ਇੰਨੇ ਡਾਕਟਰਸ ਟ੍ਰੇਨ ਕਰਨ ਦਾ, ਇਸ ਏਰੀਏ ਵਿੱਚ ਅੱਛੀ ਐਜੂਕੇਸ਼ਨ ਦੀ ਰੈਵੋਲਿਊਸ਼ਨ ਲਿਆਉਣ ਦਾ ਸਿਹਰਾ ਜੇ ਕਿਸੇ ਸ਼ਖਸੀਅਤ ਨੂੰ ਤਾਂ ਮੈਂ ਮਹਿਸੂਸ ਕਰਦਾ ਉਹਦੇ ਹੱਕਦਾਰ ਡਾਕਟਰ ਮਹਿਤ ਸਿੰਘ ਡੋਰ ਨੇ। ਮੈਂ ਇਸ ਇਲਾਕੇ ਦਾ ਰਹਿਣ ਵਾਲਾ ਨਹੀਂ, ਮੈਂ ਸਾਰੇ ਹਿੰਦੁਸਤਾਨ ਵਿੱਚ ਕਿਤੇ ਪੜ੍ਹਿਆ ਅਤੇ ਕਿਤੇ ਪੜ੍ਹਾਇਆ ਮੈਂ, ਅਤੇ ਮੈਨੂੰ 45 ਸਾਲ ਇਸ ਇੰਸਟੀਟਿਊਸ਼ਨ ਵਿੱਚ ਸੇਵਾ ਕਰਦੇ ਹੋਏ ਹੈ। ਮੈਂ ਮਹਿਸੂਸ ਕਰਦਾ ਇਹਨਾਂ 45 ਸਾਲਾਂ 'ਚ ਮੈਂ ਡੋਰ ਸਾਹਿਬ ਨੇ ਜੋ ਦੇਖਿਆ ਅਤੇ ਪਰਖਿਆ, ਮੈਂ ਮਹਿਸੂਸ ਕਰਦਾ ਕਿ ਆਹ ਜੀ ਸ਼ਖਸੀਅਤ ਪਰਮਾਤਮਾ ਦੀ ਇੱਕ ਬਖਸ਼ਿਸ਼ ਹੈ, ਪਰਮਾਤਮਾ ਦੀ ਗਿਫਟ ਹੈ ਇਸ ਇਲਾਕੇ ਨੂੰ, ਔਰ ਇਸ ਇਲਾਕੇ ਨੂੰ ਅਹਿਸਾਸ ਕਰਨਾ ਚਾਹੀਦਾ ਕਿ ਅਸੀਂ ਐਡੀ ਵੱਡੀ ਸ਼ਖਸੀਅਤ ਦੀ ਸੇਵਾ ਤੋਂ ਮਹਿਰੂਮ ਹੋ ਰਹੇ ਹਾਂ। ਉਹਨਾਂ ਨੂੰ ਅੱਜ ਉਹਨਾਂ ਨੂੰ ਭਰਪੂਰ ਉਹਨਾਂ ਨੂੰ ਸ਼ਰਧਾਂਜਲੀ ਤਹਿ ਦਿਲੋਂ ਸਾਰਿਆਂ ਨੂੰ ਦੇਣੀ ਚਾਹੀਦੀ ਹੈ। ਇਹ ਠੀਕ ਹੈ ਉਹ ਬੜੇ ਤਕੜੇ ਪੋਲੀਟੀਸ਼ੀਅਨ ਹੋਏ ਨੇ, ਉਹਨਾਂ ਦੇ ਕੋਈ ਇਹੋ ਜਿਹੇ ਬੰਦੇ ਵੀ ਹੋਣਗੇ ਜਿਹੜੇ ਮੁਖਾਲਫ ਦੇ ਹੋਣਗੇ, ਪਰ ਇਸ ਵਕਤ ਜੋ ਉਹਨਾਂ ਨੇ ਪੁੰਦੇ ਕੰਮ, ਜੋ ਉਹਨਾਂ ਨੇ ਇਸ ਇਲਾਕੇ ਨੂੰ ਪ੍ਰਜਵਲਿਤ ਕੀਤਾ, ਰੋਸ਼ਨ ਕੀਤਾ ਇਸ ਇਲਾਕੇ ਨੂੰ, ਕਿਉਂਕਿ ਐਜੂਕੇਸ਼ਨ ਇੱਕ ਬਹੁਤ ਵੱਡੀ ਰੋਸ਼ਨੀ ਹੈ। ਐਜੂਕੇਸ਼ਨ ਬਿਨਾਂ ਇਨਸਾਨ ਸਮਝਦਾ ਉਹ ਹਨੇਰੇ ਵਿੱਚ ਟੱਕਰਾ ਮਾਰਦਾ, ਅਤੇ ਕੁਆਲਿਟੀ ਐਜੂਕੇਸ਼ਨ ਇਸ ਵਕਤ ਦੀ ਨੀਡ ਹੈ, ਕਿਉਂਕਿ ਗਲੋਬਲਾਈਜੇਸ਼ਨ ਵਿੱਚ ਕੁਆਲਿਟੀ ਐਜੂਕੇਸ਼ਨ, ਇੰਗਲਿਸ਼ ਮੀਡੀਅਮ ਐਜੂਕੇਸ਼ਨ ਇੱਕ ਬਹੁਤ ਵੱਡੀ ਨੀਡ ਹੈ, ਔਰ ਇਸ ਵਿੱਚ 12,500 ਬੱਚੇ ਦਸ਼ਵੇਸ਼ ਪਬਲਿਕ ਸਕੂਲਾਂ ਵਿੱਚ ਪੜ੍ਹ ਰਹੇ ਨੇ, ਔਰ ਉਹ ਬੱਚੇ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਬੱਚੇ ਬਰਗਾੜੀ ਵਿੱਚ ਇੰਸਟੀਟਿਊਸ਼ਨ ਖੜ੍ਹਾ ਕਰਕੇ ਵਾਲੇ ਰੂਰਲ ਏਰੀਆ ਵਿੱਚ ਰੈਵੋਲੂਸ਼ਨਾਈਜ਼ ਕੀਤਾ ਅਤੇ ਲੈਂਡਮਾਰਕ ਪੈਦਾ ਕੀਤਾ। ਸੋ ਲੈਂਡਮਾਰਕ ਸਥਾਪਿਤ ਕਰਨ ਵਾਲੀ ਸ਼ਖਸੀਅਤ ਦਾ ਕਰਨੈਲ ਸਿੰਘ ਡੋਰ, ਇੱਕ ਨਹੀਂ ਕਈ ਲੈਂਡਮਾਰਕ ਉਹਨਾਂ ਨੇ ਸਥਾਪਿਤ ਕੀਤੇ ਇਸ ਇਲਾਕੇ ਵਿੱਚ। ਉਸ ਇਲਾਕੇ ਵੋ 1974 ਵਿੱਚ ਆਇਆ ਸੀ, ਇਹ ਇੱਕ ਛੋਟਾ ਜਿਹਾ ਪੇਂਡੂ ਜਿਹਾ ਇਲਾਕਾ ਸੀ, ਉੱਥੇ ਨਵਾਂ ਨਵਾਂ ਡਿਸਟ੍ਰਿਕਟ ਬਣਿਆ ਸੀ, ਸਿਟੀ ਤਾਂ ਹੈ ਨਹੀਂ ਸੀ ਇੱਥੇ। ਇਹੋ ਜਿਹੇ ਇਲਾਕੇ ਨੂੰ ਐਡੀਆਂ ਵੱਡੀਆਂ ਵੱਡੀਆਂ ਗਿਫਟ ਦੇਣੀਆਂ, ਐਡੇ ਵੱਡੇ ਵੱਡੇ ਤੋਹਫੇ ਦੇਣੇ, ਔਰ ਉਹ ਆਪਣੀ ਪਰਸਨਲ ਕਪੈਸਿਟੀ ਦੇ ਵਿੱਚ ਐਸਟੈਬਲਿਸ਼ਮੈਂਟ ਆਫ ਸਿੰਗਲ ਸਾਹਿਬ ਪਾਇਥਿਕ ਐਜੂਕੇਸ਼ਨ ਸੁਸਾਇਟੀ 1955 ਵਿੱਚ, ਉਹਨੂੰ ਵੀ SGPC ਦੀ ਉਹਨਾਂ ਦੇ ਸਰਪ੍ਰਸਤੀ ਦੇ ਹੇਠ, ਉਹ ਵੀ ਉਸ ਮੁਕੱਦਸ ਰਾਸ਼ੀ ਦੇ ਨਾਲ
ਜਿਹੜੀ ਭਾਈ ਫਿਰ ਜੀ ਦੀ ਯਾਦ ਦਾ ਸਥਾਪਿਤ ਇੱਕ ਇੰਸਟੀਟਿਊਸ਼ਨ ਲਾਹੌਰ ਡਿਸਰਪਟ ਹੋਇਆ ਸੀ, ਉਹਦੇ ਪੈਸਿਆਂ ਦੇ ਨਾਲ ਉਸ ਇਸ ਇੰਸਟੀਟਿਊਸ਼ਨ ਨੂੰ ਸਥਾਪਿਤ ਕਰਨਾ, ਔਰ ਉਸ ਤੋਂ ਬਾਅਦ ਇਸ ਇੰਸਟੀਟਿਊਸ਼ਨ ਦੇ ਜਿਹੜੇ ਮੈਂਬਰਸ ਇਰਰਿਸਪੈਕਟਿਵ ਖੁਦ ਅਕਾਲੀ ਸਨ, ਇਰਰਿਸਪੈਕਟਿਵ ਆਫ ਪਰਸਨਸ ਐਫੀਲੀਏਸ਼ਨ, ਪੋਲੀਟੀਕਲ ਐਫੀਲੀਏਸ਼ਨ, ਕੋਈ ਕਾਂਗਰਸੀ, ਕੋਈ ਅਲੱਗ ਅਲੱਗ ਕਿਸਮ ਦੀਆਂ, ਪਰ ਜਿਹੜੇ ਵੀ ਵੱਡੀ ਵੱਡੀ ਸ਼ਖਸੀਅਤ ਸਨ, ਕਹਿੰਦੀਆਂ ਕੋਈ ਸ਼ਖਸੀਅਤ ਇਲਾਕੇ ਦੀਆਂ, ਭਾਵੇਂ ਉਹ ਕੋਈ ਵੀ ਹੋਵੇ, ਭਾਵੇਂ ਉਹ ਕਾਂਗਰਸੀ ਸਨ ਜਾਂ ਅਕਾਲੀ ਸਨ, ਉਹਨਾਂ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ। ਸਿਰਫ ਇਹ ਦੇਖਿਆ ਕਿ ਐਡਾ ਵੱਡਾ ਮੈਂ ਉੱਤਮ ਕੰਮ ਕਰਨ ਜਾ ਰਿਹਾ, ਉਹਦੇ ਵਿੱਚ ਬਹੁਤ ਹੀ ਸੋਝੀ ਵਾਲੇ ਇਨਸਾਨ ਉਹਦੇ ਸਰਪ੍ਰਸਤ ਬਣਾਉਣੇ ਨੇ, ਔਰ ਉਹ ਇਨਸਾਨ ਕੌਣ ਹੈ, ਉਹ ਇਨਸਾਨ ਦੀ ਕੀ ਪਛਾਣ ਹੈ, ਇਹ ਕੋਈ ਪ੍ਰਵਾਹ ਨਹੀਂ ਕੀਤੀ। ਜਦਕਿ ਇੱਕ ਪੋਲੀਟੀਸ਼ਨ ਡਿਗਰੀ ਗੱਲਾਂ ਦੇ ਉੱਤੇ ਵਿਚਾਰ ਕਰਦੇ ਨੇ, ਐਡੇ ਵੱਡਾ ਦਿਮਾਗ, ਇੰਨੀ ਵੱਡੀ ਸੋਚ ਹੈ ਉਹਦੀ, ਕਿ ਇਹਨਾਂ ਨੇ ਇਹੋ ਜਿਹੀ ਕੋਈ ਸੋਚ ਨਹੀਂ ਕੀਤੀ। ਔਰ ਸ਼ਾਇਦ ਇਹੋ ਹੀ ਰੀਜ਼ਨ ਹੈ ਕਿ ਇਹ ਇੰਸਟੀਟਿਊਸ਼ਨ 45 ਸਾਲਾਂ ਵਿੱਚ, 55 ਤੋਂ ਲੈ ਕੇ 55 ਤੋਂ ਲੈ ਕੇ ਹੁਣ ਤੱਕ ਆ ਮੋਰ ਦੈਨ ਹਾਫ ਏ ਸੈਂਚੁਰੀ ਇੱਦਾਂ ਫਰਸ਼ ਕੀਤਾ, ਇੱਦਾਂ ਫਰਸ਼ ਕੀਤਾ, ਔਰ ਇਹ ਇੰਸਟੀਟਿਊਸ਼ਨ ਨੇ ਇੰਨਾ ਲੋਕਾਂ ਨੂੰ ਪੁੱਲ ਖੱਡਿਆ, ਇਸ ਇਲਾਕੇ ਦੇ ਬੱਚੇ ਸਾਰੀ ਦੁਨੀਆਂ ਵਿੱਚ ਇੱਕ ਬਤੌਰ ਇੱਕ ਕਾਮਯਾਬ ਔਰ ਵਧੀਆ ਇਨਸਾਨ ਵਿਚਰ ਰਹੇ ਨੇ। ਮੈਂ ਮਹਿਸੂਸ ਕਰਦਾ ਕਿ ਸਾਰੇ ਦਾ ਸਿਹਰਾ ਜੇ ਕਿਸੇ ਨੂੰ ਜਾਂਦਾ, ਇੱਥੋਂ ਦੇ ਡਾਕਟਰ, ਇੱਥੋਂ ਦੇ ਇੰਜੀਨੀਅਰ, ਇੱਥੋਂ ਦੇ IAS ਅਫਸਰ, ਔਰ ਡਾਕਟਰ ਜੋ ਦਸ਼ਮੇਸ਼ ਪਬਲਿਕ ਸਕੂਲ ਦੇ ਪੈਦਾ ਕੀਤੇ ਆ, ਉਹਦਾ ਨੰਬਰ ਹੀ ਕੋਈ ਨਹੀਂ ਉਹਦਾ, ਇੰਨੇ ਜ਼ਬਰਦਸਤ NTSC ਸਕਾਲਰਸ, ਇੰਨੇ ਵੱਡੇ IAS ਅਫਸਰ, ਇੰਨੇ IPS ਅਫਸਰ, ਜਿੰਨੀ ਇਸ ਇਲਾਕੇ ਨੇ ਪੰਜਾਬ ਦੀ ਹਿੰਦੁਸਤਾਨ ਦੀ ਸੇਵਾ ਕੀਤੀ ਹੈ, ਔਰ ਸਾਰੇ ਉਸਦਾ ਕਮੈਲ ਸਿੰਘ ਡੋਡ ਦੇ ਮਾਰਫਤ, ਇਸ ਕਰਕੇ ਉਸਦਾ ਕਮੈਲ ਸਿੰਘ ਡੋਡ ਦੀ ਉਹਨੂੰ ਸ਼ਰਧਾਂਜਲੀ ਦੇਣੀ, ਉਹਨਾਂ ਦੇ ਨਤਮਸਤਕ ਹੋਣਾ, ਅਤੇ ਉਹਨਾਂ ਦੀਆਂ ਜੋ ਉਹਨਾਂ ਨੇ ਵੱਡੇ ਵੱਡੇ ਕਾਰਨਾਮੇ ਕੀਤੇ ਉਹਨਾਂ ਨੂੰ ਯਾਦ ਕਰਦਾ, ਮੈਂ ਮਹਿਸੂਸ ਕਰਦਾ ਕਿ ਸਾਰਿਆਂ ਦਾ ਬਣਦਾ ਹੈ, ਇਰਰਿਸਪੈਕਟਿਵ ਉਹ ਕੌਣ ਹੈ, ਕਿੱਥੋਂ ਦਾ ਹੈ, ਇਸ ਚੀਜ਼ ਨੂੰ ਭੁੱਲ ਕੇ ਇੱਕ ਸਾਰੇ ਨਤਮਸਤਕ ਹੋ ਕੇ ਇੱਕ ਹੋ ਕੇ ਸਾਨੂੰ ਅਰਦਾਸ ਕਰਨੀ ਚਾਹੀਦੀ ਕਿ ਇਹੋ ਜਿਹੀ ਸ਼ਖਸੀਅਤ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਵਾਸ ਦੇਵੇ, ਜੋ ਉਹ ਮੈਂ ਮਹਿਸੂਸ ਕਰਦਾ ਕਿ ਉਹਨਾਂ ਨੇ ਅਰਨ ਕੀਤਾ ਆਪਣੀ ਮਿਹਨਤ, ਆਪਣੀ ਲਿਆਕਤ, ਆਪਣੀ ਓਨੈਸਟੀ, ਆਪਣੀ ਡੈਡੀਕੇਸ਼ਨ, ਆਪਣੀ ਮਾਨਵਤਾਵਾਦੀ ਜੋ ਦ੍ਰਿਸ਼ਟੀਕੋਣ ਸੀ ਉਹਨਾਂ ਨੂੰ, ਉਹ ਸਾਰੀਆਂ ਚੀਜ਼ਾਂ ਮਿਲ ਬਣਾ ਕੇ ਉਹਨਾਂ ਨੂੰ ਇੱਕ ਬਹੁਤ ਉੱਚੀ ਬਤੌਰੇ ਉੱਚੀ ਸ਼ਖਸੀਅਤ ਦੇ, ਮੈਂ ਸਮਝਦਾ ਪਰਮਾਤਮਾ ਨਵਾਜ਼ਿਆ ਉਹਨਾਂ ਨੂੰ, ਔਰ ਸਾਰਾ ਨਤਮਸਤਕ ਹੋਣਾ ਚਾਹੀਦਾ ਕਿ ਇਹੋ ਜਿਹੀ ਸ਼ਖਸੀਅਤ ਸਾਡੇ ਇਲਾਕੇ ਵਿੱਚ ਪੈਦਾ ਹੋਈ ਔਰ ਸਾਰੇ ਇਲਾਕੇ ਨੂੰ ਰੋਸ਼ਨ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਸਮਾਂ ਆਪਣਾ ਕੀਮਤੀ ਸਮਾਂ ਦਿੱਤਾ, ਔਰ ਅਸੀਂ ਚਾਹਵਾਂਗੇ ਕਿ ਐਸੀਆਂ ਸ਼ਹੀਦਾਂ ਜਿਹੜੀਆਂ ਆਪਣੇ ਲਈ ਤਾਂ ਹਰ ਬੰਦਾ ਜਿਉਂਦਾ, ਜਿਹੜਾ ਲੋਕਾਂ ਲਈ ਜਿਉਂਦਾ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਅੱਜ ਲੱਖਾਂ ਬੰਦੇ ਜਿਹੜੇ ਹੈਗੇ ਨੇ ਉਹਨਾਂ ਦੀ ਉਹ ਐਜੂਕੇਸ਼ਨ ਦੀ ਜਿਹੜੀ ਰੋਸ਼ਨੀ ਸੀਗੀ ਉਹਦੇ ਵਿੱਚ ਆਪਣਾ ਜ਼ਿੰਦਗੀ ਜੀ ਰਹੇ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਤੁਸੀਂ ਮੈਂ ਮਹਿਸੂਸ ਕਰਦਾ ਕਿ ਪ੍ਰੈਸ ਦਾ ਬਹੁਤ ਹੀ ਰੋਲ ਹੈ, ਕਿਉਂਕਿ ਜੋ ਕਿਸੇ ਬੰਦੇ ਨੇ, ਕਿਸੇ ਸ਼ਖਸ ਨੇ ਜੋ ਵੀ ਅੱਛੇ ਕੰਮ ਕੀਤੇ, ਜਦ ਤੱਕ ਉਹਨਾਂ ਕੰਮਾਂ ਨੂੰ ਲੋਕਾਂ ਤੱਕ, ਉਸ ਆਵਾਜ਼ ਨੂੰ, ਉਸ ਸ਼ਖਸੀਅਤ ਦੀ ਯਾਦ ਨੂੰ, ਉਸ ਸ਼ਖਸੀਅਤ ਦੇ ਕੀਤੇ ਗਏ ਜੋ ਕਾਰਨਾਮੇ ਉਹਨਾਂ ਕੀਤੇ, ਉਹਦੀ ਆਵਾਜ਼ ਤਾਂ ਪਹੁੰਚਾਈ ਜਾਵੇ, ਦੱਸਿਆ ਤਾਂ ਜਾਵੇ, ਮੈਂ ਮਹਿਸੂਸ ਕਰਦਾ ਕਿ ਕਿਸੇ ਨੂੰ ਪ੍ਰੋਪਰ ਸ਼ਰਧਾਂਜਲੀ ਦਿੱਤੀ ਜਾ ਸਕਦੀ। ਸੋ ਇਸ ਵਾਸਤੇ ਬੜਾ ਸ਼ੁਕਰਗੁਜ਼ਾਰ ਹੈ ਆਪ ਸਭ ਦਾ ਕਿ ਜਿਹੜੀ ਉਹਨਾਂ ਨੇ ਇਹ ਆਪਣੇ ਕਦਮ ਚੁੱਕਿਆ ਕਿ ਉਹਨਾਂ ਨੂੰ ਚਾਰੇ ਪਾਸੇ ਉਹਨਾਂ ਦੀ ਪਬਲਿਸਿਟੀ ਕਰਕੇ ਉਹਨਾਂ ਦੇ ਅੱਛੇ ਕਾਰਨਾਮਾ, ਮੈਂ ਮਹਿਸੂਸ ਕਰਦਾ ਕਿ ਇਹਦੇ ਨਾਲ ਹੋਰ ਵੀ ਕਈ ਇਹੋ ਜਿਹੇ ਸ਼ਖਸ ਨੇ ਜਿਹਨਾਂ ਨੂੰ ਹੌਸਲਾ ਅਫਸਾਈ ਹੋਏਗੀ, ਜਿਹਨਾਂ ਨੂੰ ਮੋਟੀਵੇਸ਼ਨ ਹੋਏਗੀ ਕਿ ਮੈਂ ਵੀ ਅੱਛੇ ਕੰਮ ਕਰਾਂ ਔਰ ਮੈਂ ਵੀ ਇਸ ਤਰੀਕੇ ਲਗਨ ਨਾਲ ਦੇਸ਼ ਦੀ ਸੇਵਾ ਕਰਾਂ। ਸ਼ੁਕਰੀਆ ਬਹੁਤ ਬਹੁਤ। ਗਿੱਲ ਸਾਹਿਬ, ਉਹ ਸਖੀਅਤ ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਭਲੇ ਦੇ ਲਈ ਔਰ ਲੋਕਾਂ ਨੂੰ ਵਿੱਦਿਆ ਦਾ ਦਾਨ ਦੇਣ ਦੇ ਲਈ ਲਗਾਈ, ਸਰਦਾਰ ਕਰਨੈਲ ਸਿੰਘ ਜੀ ਡੋਡ MLA ਸਾਹਿਬ ਜਿਨ੍ਹਾਂ ਦਾ ਅੱਜ ਇਸ ਫਾਨੀ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਨੇ, ਔਰ ਇੱਕ ਐਸਾ ਇਨਸਾਨ ਜਿਨ੍ਹਾਂ ਨੇ ਤੁਹਾਡੇ ਨਾਲ, ਤੁਸੀਂ ਦੋਨਾਂ ਨੇ ਮਿਲ ਕੇ ਬੜੀ ਚੈਰਿਟੀ ਕੀਤੀ, ਬਹੁਤ ਜ਼ਿੰਦਗੀ ਦੇ ਜਿਹੜੇ ਪਲ ਗੁਜ਼ਾਰੇ, ਕੀ ਕਹਿਣਾ ਚਾਹੋਗੇ? ਸਰ ਕਰਨੈਲ ਸਿੰਘ ਜੀ ਡੋਡ ਇੱਕ ਮਹਾਨ ਸ਼ਖਸੀਅਤ ਸਨ, ਉਹਨਾਂ ਦੀ ਦੇਣ ਇਸ ਇਲਾਕੇ ਨੂੰ, ਇਸ ਸ਼ਹਿਰ ਨੂੰ ਲਾਸਾਨੀ। ਮੈਂ 1958 ਤੋਂ ਲੈ ਕੇ ਉਹਨਾਂ ਦਾ ਸਾਥੀ ਰਿਹਾ ਹਾਂ, ਕਿਸੇ ਨਾ ਕਿਸੇ ਰੂਪ ਵਿੱਚ, ਪਹਿਲਾਂ ਰਿਸ਼ਤੇਦਾਰੀ ਦੇ ਰੂਪ ਵਿੱਚ, ਬਾਅਦ ਦੇ ਵਿੱਚ ਮੈਂ ਜਦੋਂ ਸੰਗਤ ਸਾਹਿਬ ਭਾਈ ਗੁਰੂ ਖਾਲਸਾ ਹਾਈ ਸਕੂਲ ਵਿੱਚ ਡੈਪੂਟੇਸ਼ਨ 'ਤੇ ਸੇਵਾ ਕਰਨ ਆਇਆ ਤਾਂ ਉਦੋਂ ਤੋਂ ਲੈ ਕੇ
आज तक जिन्नी भी साड़ी विद्या के खेत्र में इस इलाके कंट्रीब्यूशन है मैं उन्होंने भाईवाल मोढ़े नाल मोढ़ा ला के असीं दोहां ने यह काम किया। एक पछमी पाकिस्तान तो उजड़ के आई हुई संस्था ने फरीदकोट में वसा के उन्होंने प्राइवेट खेत्र में विद्या देन की पहल की और वो जिहड़ी संस्था सी उसनू लोगों लिए इन्नी हरमन प्यारी बनाया कि इलाके दीआं संगतां ने 100 एकड़ जमीन लगभग इस स्कूल नूं दान की, जिस तों बाद असी उस जमीन के बलबूते 1971 विच दसवें स्कूल खड़ा किया और 73 विच इसकी बिल्डिंग बना के तैयार करके असी इत्थे खालसा स्कूल तो क्लासा से जिहड़ियां इत्थे शिफ्ट कीतियां। जद इह स्कूल किन्नी साउंड फुटिंग ते हो गया तां साडे लई चुनौती सी एक नवी मैनेजिंग कमेटी बनाउण दा उस स्कूल लई। मैं ते डोर साहब ने बैठ के एक नवा विधान घड़िया और उस विधान दे विच असी बहुत सारियां जां मन मर्जी दियां अपनियां संस्थावां खोलण दी प्रोविजन कीती। उस प्रोविजन के बलबूते अज संगत साहब भाई फिरू सिख एजुकेशन सोसायटी जो उस दिन बनी उस अधीन अज 10 संस्थावां बहुत वधिया सेवा प्रदान कर रही हैं और इलाके विच ही नहीं दूर दराडे तक बड़िया प्रमाणित हैं। इत्थों दे स्कूलां दे कालजां दे विद्यार्थी बहुत उच्चियां पदवियां ते विराजमान हैं और समाज की सेवा करी जांदे हैं। हर महकमे विच इस स्कूल का विद्यार्थी किसी ना किसी उच्ची कुर्सी ते बैठा है और उसनूं जदों भी असीं मिलदे हैं तो सारी प्रबंधक कमेटी नूं सारी मैनेजमेंट नूं बड़ा ही माण महसूस हुंदा है कि असीं इलाके लई कुछ ना कुछ कर सके हैं। सो कल्ले फरीदकोट शहर लई असी ये सेवा वक् वक् पिंडां विच भी देण लई उद्यम किया। सब तो पहला असी कोटकपुरा नगर के 2 स्कूल चलाए, बरगाड़ी में 2 स्कूल चलाए और 6 स्कूल तो 4 कॉलेज है जोड़े वो अजक बखूबी तौर पर चलते हैं। 4 कॉलेज फरीदकोट में स्थापित हैं और 2 स्कूल है जोड़े वो फरीदकोट में स्थापित हैं, 4 स्कूल है जोड़े वो कोटकपुरे के बरगाड़ी में स्थापित हैं और बड़े ही उत्तम दर्जे के नतीजे उत्तम दर्जे के विद्यार्थी कर रहे हैं। डोड़ साहब नाल मेरा सहयोग 1958 तो लैके उन्हां दे अंतम समय तक रहा है। असीं इकट्ठिआं ने जदों भी लोड़ पई असीं कोई वेला नहीं वेख्या, कोई समां वेख्या नहीं, कोई खर्चा नहीं वेख्या, असीं इलाके दी सेवा लई काम करदे रहे। डोड़ साहब ने अपनी सारी जिंदगी इन्हां संस्थावां दे लेखे लाई, अंतम सवासां तक वो साढ़े मुख सरप्रस्त रहे और अज साडियां सारियां संस्थावां जिहड़ियां उन्हां दे विछोड़े नूं बहुत ही महसूस कर रहियां। वाहिगुरू करे सर करनैल सिंह डोड जी की आत्मा नूं परमात्मा अपने चरणां विच नवास बख्शे और इन्हां संस्थावां नूं उन्हां दी असीस जो सारी उम्र दिंदे रहे आ वो लगती रहे, ये तरक्कियां करदियां रहन, मेरी ये दिलों कामना है। डोड़ साहब का दिता तो असीं दे नहीं सकते क्योंकि जो उन्हां दी महान कंट्रीब्यूशन रही है, जो मेहनत उन्होंने की है वो मैं समझदा कोई व्यक्ति नहीं कर सकता। कहानियां चलाउंदे हुंदे सी कि गिल साहब कई ग्रंथां इन्नियां मुश्किल पेश आउंदियां कि भजन जी कर जाता, मुड़ के फिर तिथ जाने की गल भी नहीं, जे इतों तक आए हैं तो होर तकलीफ सह लो कोई गल नहीं पर चलाइए। तो सानू डंडर खालिज खोलन बड़े बड़िया मुश्किल आई हैं। सानू याद है कि साहब बेअंत सिंह जो मुख्यमंत्री होंगे सी
ਕਿਸੇ ਜਲਸੇ ਵਿੱਚ ਐਲਾਨ ਤਾਂ ਕਰਤਾ ਵੀ ਜੇ ਪ੍ਰਾਈਵੇਟ ਸੰਸਥਾਵਾਂ ਕਾਲਜ ਖੋਲ੍ਹਣਗੀਆਂ ਤਾਂ ਸਰਕਾਰ ਮਦਦ ਕਰੂਗੀ। ਲੇਕਿਨ ਬਾਅਦ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਕਿ ਆਂਧਰਾ ਦਾ ਮੁੱਖ ਮੰਤਰੀ ਰੈਡੀ ਸੀ ਜਿਹੜਾ, ਉਹਨੇ 12 ਕਰਵਾ ਦੇ ਉਹ ਡਿਸਮਿਸ ਹੋ ਗਏ। ਮੁੜ ਕੇ ਬੇਅੰਤ ਸਿੰਘ ਸਾਨੂੰ 9 ਵਜੇ ਨੂੰ ਸਰਟੀਫਿਕੇਟ ਨਾ ਦੇਵੇ ਡਰਦਾ। ਅਸੀਂ ਇੰਨੇ ਗੇੜੇ ਮਾਰੇ, ਡੋਡ ਸਾਹਿਬ ਨੇ ਇੰਨੀ ਮਿਹਨਤ ਕੀਤੀ ਕਿ ਸਾਨੂੰ 9 ਓਬਜੈਕਟਰ ਲੈਣ 'ਚ ਸਾਲ ਲੱਗ ਗਿਆ। ਮੁੜ ਕੇ ਅਸੀਂ 2 ਕਲਾਸਾਂ ਐਡਮਿਟ ਕਰ ਬੈਠੇ। ਮੁੜ ਕੇ ਸਾਡੇ 'ਤੇ ਇਹ ਡੰਡਾ ਖੜਕਦਾ ਰਿਹਾ DCI ਦਾ ਵੀ ਤੁਸੀਂ ਐਡਮਿਸ਼ਨ ਵੱਧ ਕਰ ਲਈ। ਅਸੀਂ ਆਪਦੇ ਜਿਹੜੇ 2 ਸਾਲਾਂ 'ਚ ਕੀਤੀ ਸੀ, ਪਹਿਲੀ 92 'ਚ ਅਗਲੀ 93, ਉਦੋਂ ਅਜੇ ਸ਼ਾਇਦ ਐਡਮਿਸ਼ਨਾਂ ਦਾ ਦੌਰ ਨਹੀਂ ਸੀ। ਬੜੀਆਂ ਹੀ ਮੁਸ਼ਕਲਾਂ ਆਈਆਂ, ਸਭ ਉਹਨਾਂ ਨੇ ਆਪਦੇ ਪਿੰਡੇ ਦੱਸੀਆਂ ਐਵੇਂ ਕਮਾਂ। ਅਸੀਂ ਤਾਂ ਉਹਨਾਂ ਨੂੰ ਸਹਿਯੋਗ ਵੀ ਦਿੰਦੇ ਸੀ, ਲੇਕਿਨ ਜਿਵੇਂ ਧੁਰਾ ਹੁੰਦਾ ਨਾ ਪਹੀਏ ਦਾ, ਸਾਡਾ ਧੁਰਾ ਸਰਦਾਰ ਕਰਨੈਲ ਸਿੰਘ ਡੋਡ ਸੀ ਕਿ ਸਾਰੀਆਂ ਸੰਸਥਾਵਾਂ ਉਸ ਧੁਰੇ ਦੁਆਲੇ ਘੁੰਮਦੀਆਂ ਰਹੀਆਂ ਅੱਜ ਤੱਕ। ਸੋ ਸਾਨੂੰ ਮਾਣ ਹੈ ਕਿ ਸਾਡਾ ਇਹੋ ਜਿਹਾ ਨੇਤਾ ਸਾਨੂੰ ਮਿਲਿਆ ਕਿ ਅੱਜ ਅਸੀਂ ਸਾਰੇ ਆਪਣੇ ਆਪਣੇ ਖੇਤਰ ਦੇ ਵਿੱਚ ਇਹ ਮਹਿਸੂਸ ਕਰਦੇ ਹਾਂ ਕਿ ਉਹਨਾਂ ਦਾ ਦਿੱਤਾ, ਉਹਨਾਂ ਦੇ ਅਸੀਂ ਸਦਾ ਹੀ ਕਰਦਾਈ ਰਹਾਂਗੇ, ਰਿਣੀ ਰਹਾਂਗੇ, ਜੋ ਉਹਨਾਂ ਨੇ ਇਕੱਲੇ ਸ਼ਹਿਰ ਲਈ ਨਹੀਂ ਇਸ ਇਲਾਕੇ ਲਈ ਕੀਤਾ। ਕਰੋੜਾਂ ਦੀ ਇਨਵੈਸਟਮੈਂਟ ਪਿੰਡਾਂ ਵਿੱਚ ਕਰਕੇ ਲੋਕਾਂ ਨੂੰ ਵਿੱਦਿਆ ਦਾਨ ਕਰਨਾ, ਇਹ ਕਿਸੇ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ। ਇਹ ਉਹਨਾਂ ਦੀ ਲੀਡਰਸ਼ਿਪ, ਉਹਨਾਂ ਦੀਆਂ ਕੁਆਲਿਟੀਜ਼ 'ਤੇ ਨਿਰਭਰ ਕਰਦਾ। ਉਹਨਾਂ ਦੇ ਹਿੱਸੇ ਕਈ ਪਹਿਲ ਆਈਆਂ ਨੇ। ਉਹ ਫਰੀਦਕੋਟ ਦੇ ਪਹਿਲੇ ਜੰਪਲ ਸੀ ਜਿਹੜੇ SGPC ਦੀ ਅੰਤਰਿਮ ਕਮੇਟੀ ਦੇ ਮੈਂਬਰ ਬਣੇ, ਮਾਸਟਰ ਤਾਰਾ ਸਿੰਘ ਦੇ ਸਾਥੀ ਰਹੇ, ਔਰ ਉਹ ਸਾਥ ਨੇ ਹੀ ਖਾਲਸਾ ਸਕੂਲ ਇਸ ਸ਼ਹਿਰ ਵਿੱਚ ਲਿਆਂਦਾ ਸੀ। ਉਦੋਂ ਬਾਅਦ ਜਦ ਉਹ ਸਿਆਸਤ ਦੇ ਵਿੱਚ ਆਏ, ਇਲੈਕਸ਼ਨ ਵੀ ਲੜਿਆ, ਪਹਿਲਾ ਇਲੈਕਸ਼ਨ ਉਹ ਹਾਰ ਗਏ। ਮੁੜ ਕੇ ਫਿਰ ਉਹਨਾਂ ਨੂੰ ਚਾਂਸ ਨਹੀਂ ਮਿਲਿਆ। ਜਦ ਫਿਰ ਉਹਨਾਂ ਨੇ 85 'ਚ ਇਲੈਕਸ਼ਨ ਲੜਿਆ ਤਾਂ ਫਿਰ ਉਹ MLA ਬਣੇ। ਇਸੇ ਤਰ੍ਹਾਂ ਸਿਆਸੀ ਜੀਵਨ ਵਿੱਚ ਵੀ MLA ਬਣਦਿਆਂ ਵੀ ਉਹਨਾਂ ਨੇ ਕੋਈ ਮੰਗ ਨਹੀਂ ਕੀਤੀ ਵੀ ਮੈਨੂੰ ਕੋਈ ਬਣਾਓ ਜਾਂ ਨਾ ਬਣਾਓ। ਸੇਵਾ ਭਾਵ ਉਹਨਾਂ ਦੇ ਮਨ ਵਿੱਚ ਬਹੁਤ ਸੀ, ਉਹ ਸਦਾ ਸੇਵਾ ਹੀ ਕਰਦੇ ਰਹੇ। ਬਾਕੀ ਜਦ ਸਾ ਗੁਰਨਾਮ ਸਿੰਘ ਦੀ ਵਜ਼ਾਰਤ ਸੀ, ਉਦੋਂ ਉਹਨਾਂ ਨੇ ਗੁਰਨਾਮ ਸਿੰਘ ਨੇ ਮੰਡੀ ਬੋਰਡ ਬਣਾਇਆ ਤਾਂ ਪਹਿਲੇ ਚੇਅਰਮੈਨ ਸਰਦਾਰ ਕਰਨੈਲ ਸਿੰਘ ਲੋਕ ਉਹਨਾਂ। ਸੋ ਜਦੋਂ ਸਰਕਾਰ ਬਦਲੀ ਤਾਂ ਸ਼ੁਰੂ ਹੋ ਗਿਆ ਪਿਆ ਪਿਆ ਸੀ ਉਹਨਾਂ 'ਚ। ਮੇਰਾ ਭਾਵ ਇਹ ਹੈ ਕਿ ਬਿਨਾਂ ਕਿਸੇ ਲੋਭ ਤੋਂ, ਬਿਨਾਂ ਕਿਸੇ ਲਾਲਚ ਤੋਂ ਉਹਨਾਂ ਨੇ ਸਾਰੀ ਆਪਣੀ ਹਰ ਜਵਾਨੀ ਤੋਂ ਲੈ ਕੇ ਉੱਠ ਕੇ ਸੇਵਾ ਕੀਤੀ ਹੈ। ਕਾਲਜ ਹੁੰਦਿਆਂ ਵੀ ਉਹਨਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਰਹੇ, ਪਹਿਲਾਂ ਲੀਡਰ ਰਹੇ, ਸਰਕਾਰੀ ਨੌਕਰੀ ਮਿਲੀ ਉਹਨਾਂ ਨੇ ਲੱਤ ਮਾਰ ਕੇ ਛੱਡਤੀ, ਲੇਕਿਨ ਸਮਾਜ ਸੇਵਾ ਦੇ ਖੇਤਰ ਵਿੱਚ ਘੁੱਦ ਪਏ। ਇਹ ਉਹਨਾਂ ਦੀ ਵਿਸ਼ੇਸ਼ ਖੂਬੀ ਸੀ ਮੈਂ ਸਮਝਦਾ ਕਿ ਉਹਨਾਂ ਨੇ ਕਿਸੇ ਵੀ ਲੋਭ ਲਾਲਚ ਨੂੰ ਕਦੇ ਨਹੀਂ ਆਪਣੇ ਅੰਦਰ ਆਉਣ ਦਿੱਤਾ, ਸੇਵਾ ਭਾਵ ਹੀ ਸਦਾ ਰੱਖਿਆ। ਸੋ ਸਾਨੂੰ ਬਹੁਤ ਯਾਦ ਆਉਂਦੀ ਹੈ ਉਹਨਾਂ ਦਾ ਵਿਛੋੜਾ। ਅੱਜ 4-5 ਦਿਨ ਹੋ ਗਏ ਸਬਸਟੀਟਿਊਟ ਮਿੱਤਰ ਦਾ ਖੇਤਰ ਦੇ ਵਿੱਚ ਗਏ ਨਹੀਂ, ਇਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ। ਸੋ ਵਾਹਿਗੁਰੂ ਕਰੇ ਸਾਨੂੰ ਕੋਈ ਉਹੋ ਜਿਹਾ ਨੇਤਾ ਫਿਰ ਟੱਕਰੇ। ਮੈਂ ਤਾਂ ਆਪ ਹੁਣ ਵੱਡੀ ਉਮਰ ਦਾ ਹੋ ਗਿਆ, ਕੋਈ ਬਹੁਤੀ ਖੇਚਲ ਸੈਣੀ ਯੋਗ ਹੈ ਨਹੀਂਗਾ। ਅਰਦਾਸ ਹੀ ਕਰ ਸਕਦਾ ਕਿ ਇਹ ਸੁਸਾਇਟੀ ਨਵੀਂ ਲੀਡਰਸ਼ਿਪ ਦੇ ਛਤਰ ਛਾਇਆ ਥੱਲੇ ਸਰਦਾਰ ਕਰਨੈਲ ਸਿੰਘ ਡੋਡ ਵਰਗੀਆਂ ਲੀਹਾਂ 'ਤੇ ਚੱਲੇ ਅਤੇ ਇਸ ਸੇਵਾ ਕਰਦੀ ਰਹੇ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਤੁਸੀਂ ਇਸ ਉਮਰ ਦੇ ਵਿੱਚ ਵੀ ਔਖੇ ਹੋ ਕੇ ਸਾਡੇ ਨਾਲ ਸੇਵਾ ਦੇ ਵਿੱਚ ਹਿੱਸਾ ਪਾਇਆ। ਜਿਹੜੀ ਅਸੀਂ ਡਾਕੂਮੈਂਟਰੀ ਮੰਨ ਸੋਚੀ ਸੀਗੀ ਕਿ ਉਹ ਇਨਸਾਨ ਜਿਹਨੇ ਲੋਕਾਂ ਦੇ ਲਈ ਜ਼ਿੰਦਗੀ ਗੁਜ਼ਾਰੀ ਹੈ, ਅਸੀਂ ਉਹਦੀ ਯਾਦ ਦੇ ਵਿੱਚ ਇੱਕ ਯਾਦ ਦੇ ਪਰੋਂ ਇੱਕ ਡਾਕੂਮੈਂਟਰੀ ਬਣਾਈਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਕੀਮਤੀ ਸਮਾਂ ਦਿੱਤਾ। ਔਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ, ਹਿੰਮਤ ਕੀਤੀ ਹੈ ਔਰ ਉਹਨਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਹਿੰਮਤ ਕੀਤੀ ਹੈ। ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦੀ ਹਾਂ।
ਬਟ ਸਭ ਉਹ ਸਿੱਖਿਅਤ ਜਿਨ੍ਹਾਂ ਦੇ ਜਾਣ ਦੇ ਨਾਲ ਕੇਵਲ ਇਹਨਾਂ ਅਦਾਰਿਆਂ ਨੂੰ ਘਾਟਾ ਨਹੀਂ ਪਿਆ ਬਲਕਿ ਸਾਰਾ ਵਰਲਡ ਜਿਹੜਾ ਨਤਮਸਤਕ ਹੋ ਰਿਹਾ ਉਸ ਮਹਾਨ ਇਨਸਾਨ ਨੂੰ ਔਰ ਉਹਨਾਂ ਦੀ ਯਾਦ ਦੇ ਵਿੱਚ ਸਾਰੇ ਲੋਕ ਜਿਹੜੇ ਹੈਗੇ ਆ ਬੜੇ ਰੁੰਦਰ ਨੇ ਖਾਸ ਤੌਰ 'ਤੇ ਸਟੂਡੈਂਟਸ ਜਿਨ੍ਹਾਂ ਨੂੰ ਉਹਨਾਂ ਨੇ ਇੱਕ ਐਸਾ ਨੈਟਵਰਕ ਦਿੱਤਾ ਵਰਲਡ ਲੈਵਲ ਦੇ ਜਿਹੜੇ ਸੇਵਾਵਾਂ ਕਰ ਰਹੇ ਨੇ ਉਹ ਵੀ ਅੱਜ ਉਹਨਾਂ ਨੂੰ ਯਾਦ ਕਰ ਰਹੇ ਨੇ ਤੁਸੀਂ ਅੱਜ ਪ੍ਰਿੰਸੀਪਲ ਬੜਾ ਲੰਬਾ ਸਮਾਂ ਉਹਨਾਂ ਦੇ ਛਤਰ ਕੇ ਆਇਆ ਜਿਹੜਾ ਆਇਆ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਤੁਹਾਨੂੰ 21 ਅਪ੍ਰੈਲ ਨੂੰ ਜਦੋਂ ਸਵੇਰ ਵੇਲੇ ਸਾਨੂੰ ਫੋਨ ਦੇ ਰਾਹੀਂ ਸੁਨੇਹਾ ਮਿਲਿਆ ਅਤੇ ਜਿਸ ਤਰ੍ਹਾਂ ਇੱਕ ਧਰਤੀ ਥੱਲਿਓਂ ਫਟ ਗਈ ਹੋਵੇ ਇਸ ਤਰ੍ਹਾਂ ਲੱਗਿਆ ਵੀ ਸਾਡੇ ਪਿਤਾ ਸਮਾਨ ਪਿਤਾ ਸਵਰੂਪ ਸੰਗਤ ਸਾਹਿਬ ਭਾਈ ਫੇਰੂ ਐਜੂਕੇਸ਼ਨ ਸੁਸਾਇਟੀ ਦੇ ਸਰਪ੍ਰਸਤ ਫਾਊਂਡਰ ਸੈਕਟਰੀ ਸਭ ਕੁਛ ਸਰਵੇ ਸਰਵਾ ਇਸ ਦੁਨੀਆ ਤੋਂ ਚਲੇ ਗਏ ਬਹੁਤ ਸ਼ੋਕ ਲੱਗਾ ਸ਼ੋਕ ਦੀ ਲਹਿਰ ਬੱਚਿਆਂ 'ਚ ਸਾਰੇ ਟੀਚਰਾਂ 'ਚ ਇੰਨੀ ਜ਼ਿਆਦਾ ਫੈਲ ਗਈ ਮੈਂ ਤੁਹਾਨੂੰ ਉਹ ਜ਼ਬਾਨੀ ਇਹ ਦੁੱਖ ਬਿਆਨ ਕਰ ਨਹੀਂ ਸਕਦਾ ਕਰਨੈਲ ਸਿੰਘ ਜੀ ਡੋਡ ਜਿੱਥੋਂ ਤੱਕ ਮੈਂ ਸਮਝਦਾ ਹਾਂ ਉਹ ਤਿਆਗ ਮੂਰਤੀ ਸਨ ਬੜੇ ਲੋਕ ਕਹਿਣਗੇ ਉਹ ਵਕੀਲ ਸਨ ਐਜੂਕੇਸ਼ਨਿਸਟ ਸਨ ਉਹ ਪੋਲੀਟੀਸ਼ੀਅਨ ਸਨ ਉਹ ਬਹੁਤ ਕੁਛ ਸਨ ਪਰ ਉਹ ਤਿਆਗ ਦੀ ਮੂਰਤੀ ਸਨ ਉਹ ਸਾਰੇ ਕਰੈਕਟਰ ਹੋਣ ਤੋਂ ਬਾਵਜੂਦ ਵੀ ਉਹਨਾਂ ਨੇ ਆਪਣਾ ਨਾਤਾ ਇਸ ਸੁਸਾਇਟੀ ਨਾਲ ਨਹੀਂ ਛੱਡਿਆ ਉਹਨਾਂ ਨੇ ਆਪਣਾ ਪ੍ਰੋਫੈਸ਼ਨ ਤਿਆਗਤਾ ਉਹਨਾਂ ਨੇ ਆਪਣੀ ਪੋਲੀਟੀਕਲ ਜਿਹੜੀ ਜੋ ਉਹਨਾਂ ਦੀ ਜੋਬ ਸੀਗੀ ਉਹ ਹਟਾਤੀ ਉਹਨਾਂ ਨੇ ਆਪਣੀ ਸਿਹਤ ਗਵਾ ਲਈ ਸਭ ਕੁਛ ਗਵਾ ਲਿਆ ਪਰ ਸੰਗਤ ਸਾਹਿਬ ਭਾਈ ਐਜੂਕੇਸ਼ਨ ਸੁਸਾਇਟੀ ਜਿਹੜੀ ਹੈਗੀ ਹੈ ਉਹਦੇ ਨਾਲ ਨਾਤਾ ਜੋੜੀ ਰੱਖਿਆ ਤਿਆਗ ਦੀ ਭਾਵਨਾ ਇਸ ਤਰ੍ਹਾਂ ਕਹੀ ਜਾ ਸਕਦੀ ਹੈ ਕਿ ਜਦੋਂ ਉਹਨਾਂ ਦੀ ਸਿਹਤ ਨੇ ਉਹਨਾਂ ਦਾ ਸਾਥ ਦੇਣਾ ਬੰਦ ਕਰਤਾ ਉਹਨਾਂ ਨੇ ਬਿਲਕੁਲ ਡੈਮੋਕ੍ਰੈਟਿਕ ਵੇ ਨਾਲ ਆਪਣੇ ਆਪ 'ਚ ਦੇਖਿਆ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇਸ ਸੰਸਥਾ ਦੇ ਇੱਕ ਰਿਟਾਇਰਡ IAS ਬਹੁਤ ਹੀ ਇਮਾਨਦਾਰ ਸੂਝਵਾਨ ਅਤੇ ਮਿਹਨਤੀ ਗੁਰਦੇਵ ਸਿੰਘ ਜੀ ਬਰਾੜ ਉਹਨਾਂ ਨੂੰ ਆਪਣੀ ਇਹ ਡੋਰ ਫੜਾਤੀ ਵੀ ਤੁਸੀਂ ਪ੍ਰਧਾਨ ਹੋ ਅਤੇ ਇਹ ਸਾਰੀ ਸਲਤਨਤ ਨੂੰ ਉਹਨਾਂ ਨੂੰ ਫੜਾ ਕੇ ਉਹਨਾਂ ਨੇ ਵਿਦਾ ਲੈ ਲਈ ਇਹ ਤਿਆਗ ਦੀ ਭਾਵਨਾ ਅੱਜ ਦੇ ਜ਼ਮਾਨੇ 'ਚ ਮੈਂ ਤਾਂ ਸਮਝਦਾ ਹੈ ਹੀ ਨਹੀਂ ਸੋਢੀ ਸਾਹਿਬ ਕੇਵਲ ਬਿੰਦਰ ਜੀ ਦਾ ਤੁਸੀਂ ਗੱਲ ਕਰੀ ਹੈਗੀ ਆ ਔਰ ਜਿਸ ਤਰੀਕੇ ਨਾਲ ਕੌਂਸਲਿੰਗ ਕਰਦੇ ਸੀਗੇ ਸਾਰਿਆਂ ਦੇ ਨਾਲ ਕਿ ਆਪਾਂ ਹਮੇਸ਼ਾ ਇਹਨੂੰ ਇਹ ਮੈਂ ਇਹ ਜਿਹੜੀ ਵਿੱਦਿਆ ਦਾ ਖੇਤਰ ਖੋਲਿਆ ਸੀਗਾ ਕਿ ਉਹਨੂੰ ਦਾਨ ਦੇ ਰੂਪ 'ਚ ਅਸੀਂ ਦੇਣਾ ਹੈਗਾ ਔਰ ਉਹੀ ਉਹਨਾਂ ਨੇ ਪਰੰਪਰਾ ਜਿਹੜੀ ਹੈਗੀ ਅੱਜ ਵੀ ਆਪਾਂ ਦੇਖ ਰਹੇ ਹਾਂ ਕੋਈ ਵੀ ਲੋੜਵੰਦ ਆ ਜਾਂਦਾ ਕੋਈ ਵੀ ਐਸੇ ਬੱਚੇ ਆ ਜਾਂਦੇ ਜਿਹੜੇ ਬਹੁਤ ਜ਼ਿਆਦਾ ਹੁਸ਼ਿਆਰ ਹੋਣ ਪੜ੍ਹਨਾ ਚਾਹੁੰਦੇ ਹੋਣ ਅਤੇ ਉਹਨਾਂ ਨੂੰ ਅੱਜ ਵੀ ਜਿਹੜੇ ਹੈਗੇ ਆ ਇਹ ਦਸ਼ਮੇਸ਼ ਦੇ ਜਿਹੜੇ ਦਰਵਾਜ਼ੇ ਹੈਗੇ ਆ ਭਾਈ ਫਿਰੂ ਜਿਹੜਾ ਟਫਟ ਹੈਗਾ ਖੁੱਲ੍ਹੇ ਬਿਲਕੁਲ ਸਹੀ ਮੈਨੂੰ ਯਾਦ ਹੈ ਉਹਨਾਂ ਦੇ ਸ਼ਬਦ ਮੈਂ ਚੰਡੀਗੜ੍ਹ ਜਦੋਂ ਉਹਨਾਂ ਨੂੰ ਮਿਲਿਆ ਜਦੋਂ ਪ੍ਰਿੰਸੀਪਲ ਬਤੌਰ ਜੁਆਇਨ ਕਰਨਾ ਸੀਗਾ ਮੇਰੇ ਆਤਮਾ 'ਚ ਉਹ ਸ਼ਬਦ ਯਾਦ ਹੈ ਮੈਨੂੰ ਯਾਦ ਹੈ ਅੱਛੀ ਤਰ੍ਹਾਂ ਉਹਨਾਂ ਨੇ ਕਿਹਾ ਸੋਢੀ ਮੈਨੂੰ ਕਾਲਜ ਨੰਬਰ 1 ਦਾ ਬਣਾ ਕੇ ਦੇਣਾ ਹੈ ਬਸ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਮੇਰੀ ਚਿੰਦ ਜਾਂ ਮੇਰਾ ਸਭ ਕੁਛ ਉਸ ਦਿਨ ਤੋਂ ਬਾਅਦ ਉਹ ਸ਼ਬਦਾਂ ਤੋਂ ਬਾਅਦ ਲੱਗਿਆ ਹੋਇਆ ਅਸੀਂ ਸਾਰੇ ਇਸੇ ਕੰਮ 'ਚ ਲੱਗੇ ਹਾਂ ਕਿ ਦਸ਼ਮੇਸ਼ ਨੂੰ ਅਸੀਂ ਨੰਬਰ 1 ਪਹੁੰਚਾਉਣਾ ਅਤੇ ਉਹਨਾਂ ਹੀ ਸਾਥ ਮੈਨੂੰ ਸਾਰੀ ਮੈਨੇਜਮੈਂਟ ਜਿਹੜੀ ਕਿ ਨਿਸਵਾਰਥ ਮਿਹਨਤੀ ਮੈਨੂੰ ਪੂਰਾ ਉਸ ਤਰ੍ਹਾਂ ਹੀ ਸਾਥ ਦੇ ਰਹੀ ਹੈ ਜਿਸ ਤਰੀਕੇ ਨਾਲ ਡੋਰ ਸਾਹਿਬ ਦਿੰਦੇ ਹੈ ਉਹਦਾ ਹੀ ਸਦਕਾ ਹੈ ਕਿ ਅੱਜ ਦਸ਼ਮੇਸ਼ ਅਕੈਡਮਿਕਸ ਵਿੱਚ ਐਕਸਟਰਾ ਕਰਿਕੁਲਰ ਵਿੱਚ ਰਿਸਰਚ ਵਿੱਚ ਅੱਜ ਅੱਗੇ ਜਾ ਰਿਹਾ ਸਰ ਜਿਹੜੀ ਉਹਨਾਂ ਦੀ ਫਲਾਈ ਦੀ ਖੁਸ਼ਬੂ ਹੈਗੀ ਆ ਉਹ ਸਾਰੇ ਪਾਸੇ ਫੈਲੀ ਹੋਈ ਹੈ ਵਰਲਡ ਦੇ ਵਿੱਚ ਤੁਸੀਂ ਅੱਜ ਕਿਸੇ ਵੀ ਅਦਾਰੇ ਦੀ ਆਪਾਂ ਗੱਲ ਕਰ ਲਈਏ ਕਿਸੇ IAS ਲੋਬੀ ਦੀ ਗੱਲ ਕਰ ਲਈਏ IPS ਲੋਬੀ ਦੀ ਗੱਲ ਕਰ ਲਈਏ ਡਾਕਟਰਸ ਦੀ ਗੱਲ ਕਰ ਲਈਏ ਇੰਜੀਨੀਅਰਸ ਦੀ ਗੱਲ ਕਰ ਲਈਏ ਕਿਸੇ ਵੀ ਫੀਲਡ ਦੀ ਆਪਾਂ ਗੱਲ ਕਰ ਲਈਏ ਅੱਜ ਉਹਨਾਂ ਦੇ ਜਿਹੜੇ ਇੱਥੋਂ ਦਸ਼ਮੇਸ਼ ਨੇ ਜੋ ਸੇਵਾ ਸ਼੍ਰੀ ਫੇਰੂ ਟਰੱਸਟ ਨੇ ਕੀਤੀ ਹੈਗੀ ਆ ਉਹ ਅੱਜ ਇੱਕ ਟ੍ਰਾਇਲ ਦੇ ਰੂਪ ਦੇ ਵਿੱਚ ਸਾਹਮਣੇ ਆ ਔਰ ਹਰ ਪਾਸੇ ਜਿਹੜਾ ਹੈਗਾ ਉਹਨਾਂ ਦਾ ਬੋਲ ਬੜਾ ਜਿੱਥੇ ਵੀ ਮਰਜ਼ੀ ਤੁਸੀਂ ਉਹਨਾਂ ਦਾ ਨਾਮ ਲਓਗੇ ਤਾਂ ਉਹ ਲੋਕ ਜਿਹੜੇ ਨਤਮਸਤਕ ਹੋ ਰਹੇ ਬਿਲਕੁਲ ਸਹੀ ਦਸ਼ਮੇਸ਼ ਪਬਲਿਕ ਸਕੂਲ ਤੋਂ
ਇਹ ਸਿਲਸਿਲਾ ਜਾਰੀ ਹੋਇਆ। ਪਹਿਲਾਂ ਖਾਲਸਾ ਸਕੂਲ ਤੋਂ ਜਦੋਂ ਸ਼ੁਰੂ ਹੋਇਆ ਸੀਗਾ ਅਤੇ ਭਾਈ ਫੇਰੂ ਸੁਸਾਇਟੀ ਇੱਥੇ ਆਈ ਅਤੇ ਉਹਨੂੰ ਇਹ ਸ਼ੁਰੂ ਹੋਇਆ ਅਤੇ ਉਦੋਂ ਸਾਡੇ ਸੀਨੀਅਰ ਵਾਈਸ ਪ੍ਰੈਜੀਡੈਂਟ ਸਰਦਾਰ ਕੁਲਦੀਪ ਸਿੰਘ ਹੋਰਾਂ ਨੇ ਇਹ ਸੁਪਨਾ ਦੇਖਿਆ ਕਿ ਅਸੀਂ ਇੱਥੇ ਪਬਲਿਕ ਸਕੂਲ ਵੀ ਖੋਲ੍ਹੀਏ ਜਿਹਦੀ ਲੋੜ ਹੈ। ਇੱਥੇ ਡਿਸਟ੍ਰਿਕਟ ਹੋ ਗਿਆ ਹੈ, ਇੱਥੇ ਅੱਛੇ ਪੜ੍ਹਨ ਵਾਸਤੇ ਅਸੀਂ ਇਹ ਪਬਲਿਕ ਸਕੂਲ ਖੋਲ੍ਹੀਏ ਜਿਹਦੀ ਕਿ ਬੜੀ ਲੋੜ ਹੈ। ਦਸ਼ਮੇਸ਼ ਪਬਲਿਕ ਸਕੂਲ ਖੋਲ੍ਹਿਆ ਗਿਆ, ਪਰਮਾਤਮਾ ਦੀ ਮਿਹਰ ਹੋਈ, ਉੱਥੇ ਸਾਨੂੰ ਸਰਦਾਰ ਗੁਰਚਰਨ ਸਿੰਘ ਪ੍ਰਿੰਸੀਪਲ ਬਹੁਤ ਹੀ ਮਿਹਨਤੀ ਲਗਨ, ਉਹ ਵੀ ਸਾਨੂੰ ਪਰਮਾਤਮਾ ਨੇ ਉਸੇ ਤਰੀਕੇ ਨਾਲ ਬਹੁਤ ਅੱਛੇ ਪ੍ਰਿੰਸੀਪਲ ਦੇ ਤੇ ਦਸ਼ਮੇਸ਼ ਪਬਲਿਕ ਸਕੂਲ ਸ਼ੁਰੂ ਹੋ ਗਿਆ। ਔਰ ਅੱਜ ਮਾਣ ਨਾਲ ਕਹਿੰਦੇ ਹਾਂ ਕਿ ਉੱਥੋਂ ਹੀ ਸਾਰੇ ਸਕੂਲ ਨਿਕਲੇ ਹੈ, ਉੱਥੋਂ ਹੀ ਇਹ ਡੈਂਟਲ ਕਾਲਜ ਨਿਕਲਿਆ ਹੈ। ਅੱਜ ਡਾਕਟਰਸ, ਇੰਜੀਨੀਅਰਸ, IAS ਅਫਸਰ ਦੇਸ਼ਾਂ ਵਿਦੇਸ਼ਾਂ 'ਚ ਬੱਚੇ ਦੂਰ ਦੂਰ ਤੱਕ ਜਾ ਰਹੇ ਹੈ। ਦਸ਼ਮੇਸ਼ ਇੱਕ ਬ੍ਰੈਂਡ ਬਣਿਆ ਹੈ ਔਰ ਇੱਥੇ ਹੀ ਗੱਲ ਨਹੀਂ ਰੁਕੀ। ਦਸ਼ਮੇਸ਼ ਡੈਂਟਲ ਕਾਲਜ ਤੋਂ ਬਾਅਦ ਨਰਸਿੰਗ, ਫਿਜ਼ੀਓਥੈਰੇਪੀ, ਫਾਰਮੇਸੀ ਹੁਣ ਅਸੀਂ ਖੋਲ੍ਹ ਰਹੇ ਹਾਂ ਅਤੇ ਇਸ ਤਰ੍ਹਾਂ ਅੱਗੇ ਹੋਰ ਅਸੀਂ ਡੈਂਟਲ ਕਾਲਜਿਸ ਤੋਂ ਬਾਅਦ ਵੀ ਅੱਗੇ ਤਰੱਕੀਆਂ ਕਰ ਰਹੇ ਹਾਂ ਔਰ ਅੱਗੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਹੋਰ ਕਰਨ ਵਾਸਤੇ ਇਹ ਆਪਣੀ ਸੰਸਥਾ ਸੰਗਤ ਸਾਹਿਬ ਭਾਈ ਵਿਰੂ ਸਿੱਖ ਐਜੂਕੇਸ਼ਨ ਸੁਸਾਇਟੀ ਤਿਆਰ ਰਹਿੰਦੀ ਹੈ। ਇੱਕ ਇੱਕ ਮੈਂਬਰ ਇਹਦਾ ਬਿਲਕੁਲ ਤਿਆਗ ਦੀ ਮੂਰਤੀ ਹੈ ਅਤੇ ਅੰਤਕ ਲਗਨ ਨਾਲ ਬਿਲਕੁਲ ਨਿਸਵਾਰਥ ਭਾਵਨਾ ਨਾਲ ਸੇਵਾ ਕਰਦਾ ਹੈ, ਇਸ ਗੱਲ ਦੀ ਮੈਂ ਗਰੰਟੀ ਦਿੰਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਨੂੰ ਅੱਜ ਆਸ਼ੀਰਵਾਦ ਦਿੱਤਾ ਔਰ ਅਸੀਂ ਇੱਕ ਐਸੇ ਇਨਸਾਨ ਦੀ ਯਾਦ ਦੇ ਵਿੱਚ ਯਾਦ ਦੇ ਪ੍ਰੋਗਰਾਮ ਜਿਹੜਾ ਅਸੀਂ ਸ਼ੁਰੂ ਕੀਤਾ ਹੈਗਾ ਬਣਾ ਰਹੇ ਹੈਗੇ ਜਿਹਨਾਂ ਨੇ ਲੋਕਾਂ ਲਈ ਕੁਝ ਕੀਤਾ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਪਰ ਮੈਂ ਇੱਕ ਗੁਲਜ਼ਾਰ ਦੇ ਸ਼ੇਰ ਨਾਲ ਆਪਣੀ ਗੱਲ ਖਤਮ ਕਰਨਾ ਚਾਹੂੰਗਾ ਕਿ ਨਾ ਹਾਥ ਥਮਾ ਸਕੇ ਨਾ ਪਕੜ ਸਕੇ ਦਾਮਨ, ਬੜੇ ਕਰੀਬ ਸੇ ਉੱਠ ਕਰ ਚਲਾ ਗਿਆ ਕੋਈ। ਦਸ਼ਮੇਸ਼ ਟੈਂਡਰ ਕਾਲਜ ਦਾ ਬੂਟਾ ਇਸ ਦੇ ਸਰਪ੍ਰਸਤ ਸਰਦਾਰ ਕਰਨੈਲ ਸਿੰਘ ਡੋਡ ਜੀ ਨੇ ਲਾਇਆ ਸੀ। ਉਹਨਾਂ ਦੇ ਸਦਕਾ ਇਸ ਕਾਲਜ ਨੂੰ ਅਸੀਂ ਬਹੁਤ ਮਾਣ ਨਾਲ ਕਹਿ ਸਕਦੇ ਹਾਂ, ਗੋ ਈਸਟ ਗੋ ਵੈਸਟ ਦਰਟ ਇਜ਼ ਦ ਬੈਸਟ। ਅੱਜ ਸਰਦਾਰ ਕਰਨੈਲ ਸਿੰਘ ਡੋਡ ਸਾਡੇ ਵਿੱਚ ਨਹੀਂ ਰਹੇ। ਸਾਰੇ ਸਟੂਡੈਂਟਸ ਨੂੰ ਇੰਝ ਲੱਗਦਾ ਹੈ ਜਿਵੇਂ ਉਹਨਾਂ ਦੇ ਸਿਰ ਤੋਂ ਉਹਨਾਂ ਦੇ ਪਿਤਾ ਦਾ ਆਸ਼ੀਰਵਾਦ ਨਾ ਰਿਹਾ ਹੋਵੇ। ਮੈਂ ਸਾਰੇ ਡੈਂਟਲ ਕਾਲਜ ਦੇ ਸਟੂਡੈਂਟਸ ਵੱਲੋਂ ਵਾਹਿਗੁਰੂ ਨੂੰ ਅਰਦਾਸ ਕਰਦੀ ਹਾਂ ਕਿ ਉਹਨਾਂ ਨੂੰ ਸਦਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਹਨਾਂ ਦੇ ਪਰਿਵਾਰ ਨੂੰ ਰੱਬ ਦਾ ਪਾਣਾ ਮੰਨਣ ਦਾ ਬਲ ਬਖਸ਼ਣ। Our deepest condolences to Sardar Karnail Singh Ji Dod, who is the chief patron of Sangat Sahib Bhai Pheru Sikh Education Society. He passed and he left us on 21st of April for his heavenly abode. He was foundation of the building and such a solid foundation that gave us strength to continue in thick and thin, and losing him is such an irreparable loss that cannot be fulfilled by anyone. ਉਹ ਇਨਸਾਨ ਜਿਹਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਭਲੇ ਲਈ ਲਗਾ ਕੇ ਅੱਜ ਇਸ ਦੁਨੀਆਂ 'ਚ ਨਹੀਂ ਰਹੇ, ਸਾਡੇ ਮੁਰਾਦ ਹੈ ਸਰਦਾਰ ਕਰਨੈਲ ਸਿੰਘ ਡੋਡ ਜਿਹੜੇ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ, ਇਹਨਾਂ ਦੇ ਸਭ ਕੀ ਕਹਿਣਾ ਚਾਹੁੰਦਾ। ਮੈਂ ਇੱਕ ਲਾਈਨ ਸੁਣੀ ਸੀ, ਕਹਿੰਦੇ ਨੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ, ਮਾਪੇ ਤੈਨੂੰ ਘੱਟ ਰੋਣਗੇ, ਅਤੇ ਇਹ ਚੀਜ਼ ਬਿਲਕੁਲ ਟੁੱਕਦੀ ਹੈ। ਸਕੂਲ ਦੇ ਚੇਅਰਪਰਸਨ ਸਰਦਾਰ ਕਰਨੈਲ ਸਿੰਘ ਜੀ ਡੋਡ ਚੁੱਕੇ ਅੱਜ ਸਾਡੇ ਵਿੱਚ ਨਹੀਂ ਹਨ, ਉਹਨਾਂ ਦੇ ਇੱਥੇ ਨਾ ਹੋਣ 'ਤੇ ਅਸੀਂ ਉਹਨਾਂ ਦੀਆਂ ਅਚੀਵਮੈਂਟਸ ਜੋ ਕਿ ਅਸੀਂ ਸਾਰੇ ਜਾਣਦੇ ਹਾਂ, ਪਰ ਉਸ 'ਤੇ ਰੋਸ਼ਨੀ ਪਾਉਣਾ ਸ਼ਾਇਦ ਸਾਡਾ ਫਰਜ਼ ਵੀ ਹੈ ਅਤੇ ਸ਼ਾਇਦ ਸਮੇਂ ਦੀ ਲੋੜ ਵੀ। ਇੱਕ ਇਹੋ ਜਿਹੀ ਸ਼ਖਸੀਅਤ ਜਿਹਨੇ ਇੱਕ ਇੱਕ ਸ਼ਹਿਰ ਦੇ ਇੱਕ ਛੋਟੀ ਜਿਹੀ ਜਗ੍ਹਾ ਤੋਂ ਸ਼ੁਰੂ ਕਰਕੇ ਦਸ਼ਮੇਸ਼ ਪਬਲਿਕ ਸਕੂਲ ਦਾ ਨਾਮ ਦੁਨੀਆਂ ਵਿੱਚ ਮਸ਼ਹੂਰ ਕਰ ਦਿੱਤਾ। ਪੰਜਾਬ, ਭਾਰਤ ਤਾਂ ਚਲੋ ਆਪਣਾ ਹੀ ਦੇਸ਼ ਆ, ਇਸ ਦੇ ਨਾਲੋਂ ਇੱਥੋਂ ਦੇ ਪੜ੍ਹੇ ਹੋਏ ਬੱਚੇ ਦੁਨੀਆਂ ਵਿੱਚ ਫੈਲੇ ਹੋਏ ਨੇ, ਅਮੈਰੀਕਾ, ਕਨੇਡਾ, ਬਥੇਰੀਆਂ ਥਾਵਾਂ 'ਤੇ ਡਾਕਟਰ, ਇੰਜੀਨੀਅਰ ਸਕੂਲ ਦਿੱਤੇ ਨੇ। ਪਰ ਉਹ ਕਹਿੰਦੇ ਨੇ ਕਿ ਜਦੋਂ ਰੁੱਖ ਦੀ ਜੜ੍ਹ
ਆਪਾਂ ਕਹਿੰਦੇ ਨਹੀਂ ਪੱਟੀ ਨਹੀਂ ਗਈ, ਜਦੋਂ ਜੜ੍ਹ ਥੋੜ੍ਹੀ ਜਿਹੀ ਕਮਜ਼ੋਰ ਹੋ ਜਾਵੇ ਤਾਂ ਰੁੱਖ ਕਮਜ਼ੋਰ ਹੋ ਜਾਂਦਾ। ਸਾਰਿਆਂ ਦੀਆਂ ਅੱਖਾਂ ਨਮ ਨੇ, ਪਰ ਨਮ ਅੱਖਾਂ ਨਾਲ ਮੰਜ਼ਿਲ ਧੁੰਦਲੀ ਦਿਸਦੀ ਹੈ। ਅੱਖਾਂ ਨੂੰ ਪੂੰਝਣ ਦਾ ਸ਼ਾਇਦ ਵਕਤ ਆ ਗਿਆ, ਸਾਨੂੰ ਦੁੱਖ ਹੈ, ਬਹੁਤ ਜ਼ਿਆਦਾ ਦੁੱਖ ਹੈ ਕਿ ਉਹ ਸਾਡੇ ਵਿੱਚ ਨਹੀਂ ਹਨ, ਪਰ ਇਹ ਸਾਡਾ ਫਰਜ਼ ਬਣਦਾ ਕਿ ਉਹਨਾਂ ਦੀ ਬਣਾਈ ਹੋਈ ਇਸ ਮਹਾਨ ਇੰਪਾਇਰ ਨੂੰ ਅਸੀਂ ਅੱਗੇ ਲਿਜਾਈਏ। ਇਹ ਸਕੂਲ ਸਿਰਫ ਵਿੱਦਿਆ ਹੀ ਨਹੀਂ ਦਿੰਦਾ, ਵਿੱਦਿਆ ਵਿੱਚ ਤਾਂ ਇਹ ਮਾਹਿਰ ਹੈ ਹੀ, ਉਸ ਦੇ ਨਾਲ ਨਾਲ ਇਨਸਾਨ ਵਿੱਚ ਜੋ ਸੰਸਕਾਰੀ ਅਤੇ ਜੋ ਸੰਸਕਾਰ ਚਾਹੀਦੇ ਨੇ ਇਹ ਉਹ ਵੀ ਪ੍ਰਦਾਨ ਕਰਦਾ। ਪਰ ਇਹ ਸਭ ਕੁਛ ਸ਼ਾਇਦ ਕਦੇ ਨਾ ਹੁੰਦਾ ਜੇਕਰ ਸਰਦਾਰ ਕਰਨੈਲ ਸਿੰਘ ਜੀ ਨਾ ਹੁੰਦੇ। ਜੇ ਕਦੇ ਉਹ ਰੁੱਖ ਦਾ ਬੀਜ ਹੀ ਨਾ ਲਾਇਆ ਜਾਂਦਾ ਤਾਂ ਫਿਰ ਕਿੱਥੋਂ ਸ਼ਖਾਂ ਆਉਣੀਆਂ ਸੀ ਅਤੇ ਕਿੱਥੋਂ ਦਰਖਤ ਬਣਨੇ ਸੀ। ਉਹ ਸਾਡੇ ਵਿੱਚ ਨਹੀਂ ਹਨ। ਇਸ ਗੱਲ ਦੀ ਉਦਾਸੀ ਸਾਡੇ ਚਿਹਰਿਆਂ ਤੋਂ ਝਲਕਦੀ ਪਈ ਹੈ। ਉਹਨਾਂ ਦੀ ਪ੍ਰੇਜ਼ ਵਿੱਚ ਜਿੰਨੇ ਵੀ ਸ਼ਬਦ ਕਹੀਏ ਘੜ ਘੱਟਦੇ ਰਹਿਣਗੇ। ਪਰ ਉਹ ਕਹਿੰਦੇ ਨੇ ਨਾ ਵੀ ਹੱਥ ਕੰਗਣ ਨੂੰ ਆਰ ਸੀ ਕਿ ਸਕੂਲ ਦੀ ਬਿਲਡਿੰਗ, ਸਕੂਲ ਦਾ ਇਨਫਰਾਸਟ੍ਰਕਚਰ, ਸਕੂਲ ਦੇ ਬੱਚਿਆਂ ਦੀ ਨੌਲੇਜ ਸਾਨੂੰ ਸਭ ਕੁਛ ਦੱਸਦੀ ਆ। ਪਰ ਇਹ ਸਭ ਸਿਰਫ ਉਹਨਾਂ ਦੇ ਜੇ ਉਹ ਉਸ ਵੇਲੇ ਆਪਣੀ ਮਿਹਨਤ ਕਰਕੇ ਕੁਛ ਖੜਾ ਨਾ ਕਰਦੇ ਤਾਂ ਅੱਜ ਅਸੀਂ ਇਸ ਮੁਕਾਮ 'ਤੇ ਖੜੇ ਨਾ ਹੁੰਦੇ। ਕੱਚੇ ਘੜਿਆਂ ਨੂੰ ਉਹਨਾਂ ਨੇ ਹੀ ਅੱਜ ਪੱਕੇ ਕੀਤਾ ਆ। ਅਤੇ ਆਮ ਅੱਜ ਜਿੰਨੇ ਵੀ ਸਕੂਲ ਨੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਨੇ, ਕਹਿੰਦੇ ਨੇ ਨਾ ਰੋਬੋਟਸ ਮੈਨੂਫੈਕਚਰ ਹੋ ਰਹੇ ਨੇ, ਪਰ ਅਸੀਂ ਵਿਸਮੇਸ਼ਨ ਮੈਨੂਫੈਕਚਰ ਹੋ ਰਹੇ ਹਾਂ। ਅਸੀਂ ਕੋਈ ਕਮਰਸ਼ਲਾਈਜੇਸ਼ਨ ਨਹੀਂ ਕਰਦੇ। ਸਾਡਾ ਸਕੂਲ ਭਾਵੇਂ ਦੁਨੀਆਂ ਵਿੱਚ ਜਿੰਨਾ ਮਰਜ਼ੀ ਮਸ਼ਹੂਰ ਹੋ ਜਾਵੇ, ਪਰ ਉਹੀ ਗੱਲ ਜੋ ਕਿ ਮੈਂ ਪਹਿਲਾਂ ਵੀ ਕਹੀ ਸੀ ਕਿ ਜੇ ਉਹ ਨਾ ਹੁੰਦੇ ਤਾਂ ਅਸੀਂ ਇੱਥੇ ਕਦਾ ਹੀ ਨਹੀਂ ਸੀ ਹੋਣਾ। ਅਤੇ ਅੱਜ ਕਿਉਂਕਿ ਸਾਡੇ ਵਿੱਚ ਨਹੀਂ ਹਨ ਉਦਾਸ ਚਿਹਰਿਆਂ ਨਾਲ, ਤੁਹਾਨੂੰ ਵੀ ਮੈਂ ਇਹ ਗੱਲ ਕਹਾਂਗੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਪ੍ਰਾਰਥਨਾ ਕਰੀਏ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇ। ਸਰਦਾਰ ਕਰਨੈਲ ਸਿੰਘ ਜੀ ਡੋਰ ਜੋ ਕਿ ਆ ਸਾਡੇ ਵਿੱਚ ਨਹੀਂ ਰਹੇ ਹਨ, ਉਹਨਾਂ ਨੇ ਇਸ ਡਿਸਟ੍ਰਿਕਟ ਨੂੰ ਇੱਕ ਬਹੁਤ ਵੱਡੀ ਦੇਣ ਦਿੱਤੀ। ਇੰਨਾ ਵੱਡਾ ਸਕੂਲ ਖੜ੍ਹਾ ਕੀਤਾ, ਇੰਨਾ ਵੱਡਾ ਸਾਮਰਾਜ ਖੜ੍ਹਾ ਕੀਤਾ, ਉਹਨਾਂ ਦੀ ਦੇਣ ਅਸੀਂ ਸਾਰੀ ਉਮਰ ਨਹੀਂ ਭੁਲਾ ਸਕਾਂਗੇ। ਉਹਨਾਂ ਨੇ ਸਾਨੂੰ ਸਾਡੇ ਫਿਊਚਰ ਨੂੰ ਇੰਨਾ ਕੁ ਬ੍ਰਾਈਟ ਕਰਤਾ ਹੈ ਕਿ ਇਸ ਸਕੂਲ ਦਾ ਨਿਕਲਿਆ ਹੋਇਆ ਬੱਚਾ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਫੇਲ ਨਹੀਂ ਹੋ ਸਕਦਾ। ਉਹਨਾਂ ਨੇ ਲੱਖਾਂ ਹੀ ਡਾਕਟਰ, ਇੰਜੀਨੀਅਰ, IAS ਅਤੇ ਬਹੁਤ ਸਾਰੇ ਜਵਾਬ ਜੋ ਕਿ ਅੱਜ ਉੱਤਮ ਮੁਕਾਮ 'ਤੇ ਪਹੁੰਚ ਚੁੱਕੇ ਹਨ, ਸਭ ਕੁਛ ਉਹਨਾਂ ਦੀ ਹੀ ਦੇਣ ਹਨ। ਉਹਨਾਂ ਨੇ ਆਪਣੇ ਜੀਵਨ ਦੇ ਪੂਰੇ 55 ਸਾਲ 1955 ਤੋਂ ਲੈ ਕੇ ਆਪਣੇ ਜੀਵਨ ਦੇ ਪੂਰੇ 64 ਸਾਲ ਇਸ ਸਕੂਲ ਨੂੰ ਦਿੱਤੇ, ਜੋ ਕਿ ਉਹਨਾਂ ਨੇ ਦਿਨ ਰਾਤ ਆਪਣੀ ਹੱਡ ਤੋੜ ਮਿਹਨਤ ਕੀਤੀ ਅਤੇ ਉਹਨਾਂ ਨੇ ਸਾਰੀ ਰਾਤ ਭਰ ਜਾ ਕੇ ਮਜ਼ਦੂਰਾਂ ਨਾਲ ਖੁਦ ਆਪ ਉਹਨਾਂ ਨੂੰ ਇਸ ਇੰਨੀ ਵੱਡੀ ਇਮਾਰਤ ਨੂੰ ਖੜ੍ਹੇ ਕਰਨ ਵਿੱਚ ਉਹਨਾਂ ਦੀ ਮਦਦ ਕੀਤੀ। ਉਹਨਾਂ ਦੀ ਦੇਣ ਇਹ ਸਕੂਲ ਕਦੇ ਵੀ ਨਹੀਂ ਭੁਲਾ ਸਕੇਗਾ। ਅੱਜ ਸਭ ਲੋਕ ਉਹ ਮੌਤ ਨੂੰ ਲੈ ਕੇ ਬਹੁਤ ਦੁਖੀ ਹਨ, ਪਰ ਇਸ ਉਹਨਾਂ ਦੀ ਮੌਤ ਨੂੰ ਦੁੱਖ ਨੂੰ ਆਪਣੇ ਦਿਲ ਵਿੱਚ ਉਹਨਾਂ ਦੇ ਦੁੱਖ ਨੂੰ ਆਪਣੇ ਦਿਲ ਵਿੱਚ ਰੱਖਦੇ ਹੋਏ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੇ ਦਿੱਤੇ ਹੋਏ ਸੰਸਕਾਰ ਅੱਗੇ ਲੈ ਕੇ ਜਾਈਏ ਅਤੇ ਉਹਨਾਂ ਦੇ ਦਿੱਤੇ ਹੋਏ ਕਦਮਾਂ ਉੱਪਰ ਚੱਲੀਏ ਅਤੇ ਇਸ ਸਕੂਲ ਨੂੰ ਹੋਰ ਵੀ ਬਹੁਤ ਉੱਚੇ ਮੁਕਾਮ ਉੱਤੇ ਲੈ ਕੇ ਜਾਈਏ। ਇਹ ਸਕੂਲ ਨਾ ਕਿ ਇਸ ਜ਼ਿਲ੍ਹੇ ਦਾ ਬਲਕਿ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਸਕੂਲ ਬਣ ਚੁੱਕਿਆ ਹੈ। ਅਸੀਂ ਸਾਰੇ ਹੀ ਸਰਦਾਰ ਕਰਨੈਲ ਸਿੰਘ ਜੀ ਡੋਰ ਜੀ ਦੀ ਡੈਥ 'ਤੇ ਬਹੁਤ ਜ਼ਿਆਦਾ ਦੁਖੀ ਹਨ। ਉਹ ਸਾਡੇ ਲਈ ਇੰਨੇ ਜ਼ਿਆਦਾ ਇੰਪੋਰਟੈਂਟ ਸੀ ਕਿ ਅੱਜ ਉਹ ਨਾ ਹੁੰਦੇ ਤਾਂ ਅਸੀਂ ਇੱਥੇ ਨਹੀਂ ਪੜ੍ਹਨਾ ਸੀ, ਅਸੀਂ ਵੀ ਬਾਕੀਆਂ ਵਾਂਗੂ ਕਿਸੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਨਾ ਸੀ। ਪਰ ਉਹਨਾਂ ਨੇ ਇੰਨੇ ਜ਼ਿਆਦਾ ਸਾਡੇ ਪੇਰੈਂਟਸ ਨੂੰ ਕੈਪੇਬਲ ਕੀਤਾ, ਇੰਨੀ ਜ਼ਿਆਦਾ ਘੱਟ ਫੀਸ 'ਤੇ ਉਹਨਾਂ ਨੇ ਇਹ ਬਣਾਇਆ ਅਤੇ ਕਿ ਸਾਨੂੰ ਅੱਜ ਅਸੀਂ ਇੱਥੇ ਪੜ੍ਹ ਰਹੇ ਹਾਂ। ਇਹ ਅਸੀਂ ਹੀ ਨਹੀਂ ਬਲਕਿ 13,000 ਬੱਚੇ ਇੱਥੇ ਪੜ੍ਹ ਰਹੇ ਨੇ। ਇਹ ਬੜੇ ਦੁੱਖ ਦੀ ਗੱਲ ਹੈ ਕਿ ਉਹ ਸ਼ਖਸੀਅਤ ਜਿਨ੍ਹਾਂ ਨੇ ਇਸ ਦਸ਼ਮੇਸ਼ ਦੀ ਇਮਾਰਤ ਨੂੰ ਮੰਦਰ ਬਣਾਇਆ ਉਹ ਅੱਜ ਸਾਡੇ ਵਿੱਚ ਨਹੀਂ ਰਹੇ। ਸਰਦਾਰ ਕਰਨੈਲ ਸਿੰਘ ਜੀ ਡੋਡ ਨੇ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਇਸ ਦਸ਼ਮੇਸ਼ ਵਰਗੇ ਐਡੇ ਵੱਡੇ ਇੰਸਟੀਟਿਊਸ਼ਨ ਨੂੰ ਬਿਲਡ ਕਰਨ ਵਿੱਚ ਲਾਤਾ। ਉਹਨਾਂ ਨੇ ਆਪਣੀ ਜ਼ਿੰਦਗੀ ਦੇ 65 ਸਾਲ ਇਸ ਅਦਾਰੇ ਨੂੰ ਦਿੱਤੇ। ਉਹਨਾਂ ਨੇ ਬੱਚਿਆਂ ਦਾ ਫਿਊਚਰ ਇੰਨਾ ਕੁ ਰੁਸ਼ਨਾ ਦਿੱਤਾ ਕਿ ਹੁਣ ਉਹ ਜਿੱਥੇ ਵੀ ਜਾਂਦੇ ਹਨ ਹਰੇਕ ਜਗ੍ਹਾ ਮੱਲਾ ਮਾਰਦੇ ਹਨ। ਇਹ ਸਭ ਸਰਦਾਰ ਕਰਨੈਲ ਸਿੰਘ ਡੋਰ ਜੀ ਦੀ ਹੀ ਦੇਣ ਹੈ ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ ਅਤੇ 1955 ਇੰਨੇ ਪੁਰਾਣੇ ਟਾਈਮ ਵਿੱਚ ਸਾਡੇ ਬਾਰੇ ਸੋਚਿਆ, ਆਪਣੇ ਦੇਸ਼ ਦੇ ਭਵਿੱਖ ਬਾਰੇ ਸੋਚਿਆ ਅਤੇ ਇਸ ਇਮਾਰਤ ਨੂੰ ਖੜ੍ਹਾ ਕੀਤਾ। ਉਹਨਾਂ ਨੇ ਸਾਨੂੰ ਸਿਰਫ ਕਿਤਾਬੀ ਹੀ ਨਹੀਂ ਸਗੋਂ ਜ਼ਿੰਦਗੀ ਦੀ ਪੜ੍ਹਾਈ ਕਰਨਾ ਵੀ ਇਸ ਇੰਸਟੀਟਿਊਸ਼ਨ ਵਿੱਚ ਸਿਖਾਇਆ।